ਦੂਸਰੀਆਂ ਕੰਪਨੀਆਂ ਨੇ ਉਹ ਵੱਡੀਆਂ ਕਰੇਨਾਂ ਬਣਾਉਂਦੀਆਂ ਨੇ ਹੈਵੀ ਡਿਊਟੀ, ਛੋਟੇ ਸ਼ੈੱਡ ਦੇ ਵਿੱਚ ਹਾਈਟ ਉਹ ਵਿੱਚ ਅੱਗੇ ਅੰਦਰ ਨਹੀਂ ਜਾਂਦੀਆਂ, ਜੋ ਬਾਜ਼ਾਰੋਂ ਗਲੀਆਂ ਹੁੰਦੀਆਂ ਪੀੜੀਆਂ ਉੱਥੇ ਅੰਦਰ ਨਹੀਂ ਜਾਂਦੀਆਂ। ਇਹ ਆਪਣੀ 35 ਕੁਇੰਟਲ ਦੀ ਜੋ ਕਰੇਨ ਹੈਗੀ ਇਹ ਸਾਰੇ ਥਾਂਤੇ ਅੰਦਰ ਵੀ ਜਾਂਦੀ ਹੈ, ਛੋਟਾ ਸਮਾਨ ਨੂੰ ਚੱਕਣ ਨੂੰ ਵੀ ਠੀਕ ਰਹਿੰਦੀ ਹੈ। ਕ੍ਰਿਸ਼ੀ ਹੈਲਪਲਾਈਨ ਚੈਨਲ ਵਿੱਚ ਕਿਸਾਨ ਭੈਣਾਂ ਭਰਾਵਾਂ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਨਵੀਂ ਜਾਣਕਾਰੀ ਦੇਵਾਂਗੇ ਜਿਹਦੇ ਵਿੱਚ ਸ਼ਾਮਲ ਹੈ ਕਰੇਨ ਅਤੇ ਫਰੰਟ ਲੋਡਰ। ਸਾਡੇ ਨਾਲ ਜੁੜੇ ਨੇ ਰਜਿੰਦਰ ਸਿੰਘ ਜੀ ਕੰਪਨੀ ਤੋਂ, ਅਤੇ ਜਿਹਨਾਂ ਤੋਂ ਅਸੀਂ ਜਾਣਕਾਰੀ ਲੈਂਦੇ ਹਾਂ। ਸਭ ਤੋਂ ਪਹਿਲਾਂ ਕਰੇਨ ਬਾਰੇ ਆਪਾਂ ਇਹਨਾਂ ਤੋਂ ਜਾਣਕਾਰੀ ਲੈਂਦੇ ਹਾਂ। ਰਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ 'ਤੇ। ਅਤੇ ਸਰ ਇਹ ਦੱਸੋ ਬਈ ਕਰੇਨ ਦਾ ਕਿਵੇਂ ਤੁਸੀਂ ਕਾਢ ਕੱਢੀ ਵੀ ਕਰੇਨ ਅਸੀਂ ਸ਼ੁਰੂ ਕਰਨੀ ਹੈ? ਕਰੇਨ ਦਾ ਬਾਈ ਜੀ ਅਸੀਂ ਖੁਦ ਫੈਕਟਰੀ ਦੇ ਵਿੱਚ, ਸਾਡੇ ਜਿਵੇਂ ਰੋਟਾਵੇਟਰ ਸੁਪਰ ਲੀਡਰ ਲਾ ਲਓ, ਸਾਨੂੰ ਖੁਦ ਫੈਕਟਰੀ 'ਚ ਲੋੜ ਹੁੰਦੀ ਸੀ। ਓਕੇ, ਇਹਦੀ ਲੋੜ ਕਾਰਨ ਸਾਨੂੰ ਕਰੇਨ ਜਾਂ ਤਾਂ ਬਾਹਰੋਂ ਮੰਗਵਾਉਣੀ ਪੈਂਦੀ ਸੀ, ਫਿਰ ਖੁਦ ਅਸੀਂ ਆਪਦੀ ਇੱਕ ਕਰੇਨ ਤਿਆਰ ਕੀਤੀ। ਡੀਲਰ ਵਗੈਰਾ ਨੇ ਜੋ ਦੇਖਦੇ ਸੀ ਉਹ ਉਹਨਾਂ ਨੂੰ ਡਿਮਾਂਡ ਮੰਗੀ, ਉਹਨਾਂ ਨੇ ਵੀ ਸਾਨੂੰ ਵੀ ਤਿਆਰ ਕਰਕੇ ਦਿਓ, ਅਤੇ ਇੱਕ ਦੋ ਕੰਪਨੀਆਂ 'ਚ ਭੇਜੀ ਅਸੀਂ। ਓਕੇ, ਉੱਥੇ ਜ਼ਿਆਦਾ ਇਹਨੂੰ ਦੇਖ ਕੇ ਇਹਨਾਂ ਨੇ ਪਸੰਦ ਕੀਤਾ ਵੀ ਬਹੁਤ ਸੋਹਣੀ ਤਿਆਰ ਕੀਤੀ ਹੋਈ ਹੈ, ਅਸੀਂ ਉਹਨਾਂ ਨੂੰ ਭੇਜੀਆਂ, ਫਿਰ ਕਾਫੀ ਡਿਮਾਂਡ ਹੋਰ ਆਉਣ ਲੱਗ ਗਈ। ਅਸੀਂ ਫਿਰ ਡਿਜ਼ਾਇਨਿੰਗ ਸਾਰੀ ਅਸੀਂ ਆਪਦੀ ਤਿਆਰ ਕਰੀਏ ਜੀ। ਓਕੇ, ਇਹਦੇ 'ਚ 45 HP ਦਾ ਇੰਜਨ ਲਗਾਇਆ। ਠੀਕ ਹੈ ਜੀ। ਜੋ ਕਿ ਇਹਦੀ ਕਪੈਸਿਟੀ ਹੈ 35 ਕੁਇੰਟਲ, ਜਿਹੜਾ ਇੰਜਨ ਲੱਗਿਆ ਹੋਇਆ 15 ਮਾਡਲ ਦਾ ਲੱਗਿਆ ਹੋਇਆ, ਸਟੈਂਡਰਡ 'ਤੇ ਕਰੰਕ ਆ ਇਹਦੀ ਇੰਜਨ ਦੀ, ਬਿਲਕੁਲ ਓਕੇ ਕਰਿਆ ਹੋਇਆ ਜੀ। ਇਹਦੇ ਆ ਕੇ ਹਾਈਟ ਆਇਆ 30 ਫੁੱਟ, ਅਤੇ ਟਾਇਰਾਂ ਤੋਂ ਅੱਗੇ ਜਿਹੜਾ ਫਰੰਟ ਆ ਇਹ 20 ਫੁੱਟ ਅੱਗੇ ਤੱਕ ਇਹ ਚੱਕਦੀ ਆ ਅੱਗੇ। ਜਿਹੜੀਆਂ ਇਹਦੀਆਂ ਬ੍ਰੇਕਾਂ ਨੇ ਜੀ, ਸਾਰੀਆਂ ਏਅਰ ਬ੍ਰੇਕਾਂ ਨੇ ਪ੍ਰੈਸ਼ਰ ਵਾਲੀਆਂ, 750 16 ਦੇ ਜਿਹੜੇ ਟਾਇਰ ਲੱਗੇ ਹੋਏ ਨੇ ਅੱਗੇ, ਜਿਹੜੀ ਇਹ ਹਾਈਡਰੋਲਿਕ ਆ ਪ੍ਰੋਡਕਸ਼ਨ ਹਾਰਡ ਬੋਲਦੇ ਨੇ, ਟੈਂਪਰ ਵਾਲੇ ਰਾੜਾਂ ਵਾਲੇ ਜਿੱਕ ਨਹੀਂ ਜੀ। ਬਾਕੀ ਇਹ ਲੋਕ ਸਿਰ ਤੋਂ ਲੱਗਿਆ ਹੋਇਆ, ਜਦੋਂ ਬਣਦਾ ਕਰੇਨ ਇਹ ਲੀਵਰਾਂ ਨੂੰ ਖੇਡਾਂਗੇ ਥੱਲੇ ਨਹੀਂ ਡਾਊਨ ਨਹੀਂ ਜਾਊਗੀ। ਅਤੇ ਬਾਕੀ ਇਹਦੇ 'ਚ ਜਿਹੜਾ ਕੰਪਰੈਸਰ ਵਗੈਰਾ ਇਹਦੇ ਵਿੱਚ ਲੱਗਿਆ ਹੋਇਆ ਹੈਗਾ, ਹਾਈਡਰੋਲਿਕ ਪੰਪ ਲੱਗਿਆ ਹੋਇਆ ਇਹਦੇ ਵਿੱਚ, ਸਿਸਟਮ ਸਾਰਾ ਅਲੱਗ ਲੱਗਿਆ ਹੋਇਆ ਹੈਗਾ, ਜੋ ਕੈਬਨ ਵਗੈਰਾ ਸਾਰਾ ਬੈਠਣ ਦਾ ਆਰਾਮਦਾਇਕ, ਜਿਵੇਂ ਪੂਰਾ ਵਧੀਆ ਬਣਾਇਆ। ਇਹਦੇ ਵਿੱਚ ਬੇਟ ਆ ਜਾਂਦਾ ਜੀ, ਇਹਦੇ ਵਿੱਚ 15 ਕੁਇੰਟਲ ਅਤੇ 16 ਕੁਇੰਟਲ ਇਹਦੇ ਵਿੱਚ ਬੇਟ ਪਾਇਆ ਜਾਂਦਾ। ਇਹਦੇ ਪਿੱਛੇ ਹੁੱਕ ਵੀ ਲੱਗੀ ਹੋਈ ਹੈ, ਕੋਈ ਚੀਜ਼ ਆਪਾਂ ਬਾਹਰੋਂ ਆਉਣੀ ਆ ਤਾਂ ਉਹ ਵੀ ਅਟੈਚ ਹੋ ਜਾਂਦੀ, ਕੋਈ ਖਿੱਚਣਾ ਜਾਂ ਕੋਈ ਰਿਤੋ ਚਿੰਨ ਕਪਾਉਣਾ ਇਹਦੇ ਵਿੱਚ ਹੁੱਕ ਲੱਗੀ ਹੋਈ ਆ। ਅੱਛਾ ਰਜਿੰਦਰ ਜੀ, ਬਾਕੀ ਕੰਪਨੀਆਂ ਦੀਆਂ ਕਰੇਨ ਨਾਲੋਂ ਹਰਵਿੰਦਰਾ ਦੀ ਕਰੇਨ ਹੀ ਕਿਸਾਨ ਕਿਉਂ ਲਵੇ, ਜਾਂ ਜਿਹਨੂੰ ਲੋੜਵੰਦ ਆ ਕਿਉਂ ਹਰਵਿੰਦਰਾ ਹੀ ਕਿਉਂ ਪਸੰਦ ਕਰੇ? ਵੀ ਇਹਦੇ ਵਿੱਚ ਤੁਸੀਂ ਖਾਸ ਫੀਚਰ ਕੀ ਰੱਖੇ ਹੋਏ ਆ ਜੋ ਬਾਕੀ ਕਰੇਨ ਦੇ ਵਿੱਚ ਤੁਹਾਨੂੰ ਲੱਗਦਾ ਵੀ ਇਹਨਾਂ ਤੋਂ ਐਕਸਟਰਾ ਨੇ? ਜਿਹੜੀ ਦੂਸਰੀਆਂ ਕੰਪਨੀਆਂ ਨੇ ਉਹ ਵੱਡੀਆਂ ਕਰੇਨਾਂ ਬਣਾਉਂਦੀਆਂ ਨੇ ਹੈਵੀ ਡਿਊਟੀ, ਛੋਟੇ ਸ਼ੈੱਡ ਦੇ ਵਿੱਚ ਹਾਈਟ ਉਹ ਵਿੱਚ ਅੱਗੇ ਅੰਦਰ ਨਹੀਂ ਜਾਂਦੀਆਂ, ਜੋ ਬਾਜ਼ਾਰੋਂ ਗਲੀਆਂ ਹੁੰਦੀਆਂ ਪੀੜੀਆਂ ਉੱਥੇ ਅੰਦਰ ਨਹੀਂ ਜਾਂਦੀਆਂ। ਇਹ ਆਪਣੀ 35 ਕੁਇੰਟਲ ਦੀ ਜੋ ਕਰੇਨ ਹੈਗੀ ਇਹ ਸਾਰੇ ਥਾਂਤੇ ਅੰਦਰ ਵੀ ਜਾਂਦੀ ਹੈ, ਛੋਟਾ ਸਮਾਨ ਨੂੰ ਚੱਕਣ ਨੂੰ ਵੀ ਠੀਕ ਰਹਿੰਦੀ ਹੈ। ਲੋਅ ਰੇਂਜ ਤੁਸੀਂ ਟਰੇਡ ਦੇ ਵਿੱਚ ਜਿਹੜੀ ਕਰੇਨ ਤੁਸੀਂ ਤਿਆਰ ਕੀਤੀ ਹੈ? ਬਾਕੀ ਇਹਨਾਂ ਨੇ ਡਿਮਾਂਡ ਜੋ ਵੱਡੇ ਕਰੇਨਾਂ ਵਾਲੇ ਉਹ ਡਿਮਾਂਡ ਵੀ ਰੱਖਦੇ ਨੇ, ਕਹਿੰਦੇ ਵੱਡੇ ਦੇ ਨਾਲ ਸਾਨੂੰ ਛੋਟੀ ਵੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਕਿਉਂ ਜੋ ਉਹਨਾਂ ਦੀ ਡਿਮਾਂਡ ਇਹ ਹੈ ਵੀ ਸਾਡੀ ਵੱਡੀ ਕਰੇਨ ਉੱਥੇ ਤੱਕ ਜਾਂਦੀ ਨਹੀਂ, ਖਰਚਾ ਵੀ ਵੱਧਦਾ ਹੈਗਾ, ਸਮਾਨ ਦੀ ਵੇਟ ਕਪੈਸਿਟੀ ਘੱਟ ਆਉਂਦੀ ਹੈ, ਲੈ ਕੇ ਵੱਡੀ ਜਾਣੀ ਪੈਂਦੀ ਹੈ, ਇੱਦਾਂ ਦਾ ਉਹਨਾਂ ਨੂੰ ਦਿੱਕਤ ਆਉਂਦੀਆਂ ਨੇ, ਉਹ ਇਸ ਕਰਕੇ ਇਹਨੂੰ ਰਵਿੰਦਰਾ ਦੀ ਸਾਡੀ ਛੋਟੀ ਕਰੇਨ ਨੂੰ ਉਹ ਮੰਗ ਕਰਦੇ। ਫਰੰਟ ਲੋਡਰ ਬਾਰੇ ਵੀ ਹੁਣ ਸਾਡੇ ਵਿਊਅਰਸ ਨੂੰ ਦੱਸੋ ਵੀ ਫਰੰਟ ਲੋਡਰ ਦੇ ਵਿੱਚ ਕੀ ਕੀ ਖਾਸ ਫੀਚਰ ਨੇ ਔਰ ਕੀ ਇਹਦੀਆਂ ਸਪੈਸੀਫਿਕੇਸ਼ਨ? ਫਰੰਟ ਲੋਡਰ ਵੀ ਅਸੀਂ ਲਾ ਲਓ ਵੀ ਆਪਦੇ ਕੰਮ ਵਾਸਤੇ ਪਹਿਲਾਂ ਤਿਆਰ ਕਰਿਆ ਸੀ, ਆ ਉਹਦੀ ਡਿਮਾਂਡ ਕਾਰਨ ਵੀ ਦੂਜਿਆਂ ਨੇ ਵੀ ਮੰਗ ਕੀਤੀ, ਅਸੀਂ ਇਹ ਲਾ ਚੁੱਕਿਆ 250-250 ਦੇ ਪਲੱਸ ਲੱਗ ਚੁੱਕਿਆ ਫਰੰਟ ਲੋਡਰ। ਬਾਕੀ ਇਹਦੇ ਵੀ ਜੋ ਸਿਸਟਮ ਆ ਸਾਡਾ ਹਾਈਡਰੋਲਿਕ ਦਾ, ਜਿਵੇਂ ਲਾ ਲਓ ਸਾਰੀ ਪੈਪ ਵਗੈਰਾ ਸਾਰਾ ਅੰਟਰ ਕਰਾਉਣੀ ਹੈ,
ਕੰਪਨੀਆਂ ਦੇ ਉੱਪਰ ਦੀ ਲਾ ਦਿੰਦੀਆਂ ਨੇ ਜੇ ਦੇਖਣ ਨੂੰ ਸੋਹਣਾ ਨੀ ਲੱਗਦਾ। ਇਹਦੀ ਜੋ ਲੁੱਕ ਆ ਗਈ ਹੁਣ ਦੇਖੋ ਲੱਗਿਆ ਹੋਇਆ ਬਿਲਕੁਲ ਮੈਚ ਕਰਦਾ ਨਾਲ, ਪੂਰੀ ਮੈਚਿੰਗ ਹੋ ਰਹੀ ਆ। ਮੈਚਿੰਗ ਦੇ ਕਾਰਨ ਜਿਹੜੇ ਜੋਨ ਡੀਅਰ ਕੰਪਨੀ ਵਾਲੇ ਨੇ ਨਗਰ ਕੌਂਸਲ ਉਹਨਾਂ ਦੇ ਵੀ ਅਸੀਂ ਲਾਏ ਨੇ। ਬਾਕੀ ਇਹਦੇ ਵਿੱਚ ਵੀ ਸਾਰਾ ਉਦਾਂ ਦੇ ਰਿਡਕਸ਼ਨ ਹਾਰਡ ਜੈਕ ਨੇ, ਹਾਈਡ੍ਰੋਲਿਕ ਪੰਪ ਅੱਗੇ ਲੱਗਿਆ ਹੋਇਆ ਜੀ, ਇਹਦੇ ਇਧਰ ਪੰਪ ਲੱਗਾ ਗਾ। ਤੇ ਬਾਕੀ ਆ 11 ਫੁੱਟ ਹਾਈਟ ਆ ਇਹਦੀ ਤੇ ਬਕਟ 5 ਫੁੱਟ ਆ ਇਹਦੀ। ਬਾਕੀ ਦੂਸਰਾ ਜਿਹੜਾ ਹਾਈਡ੍ਰੋਲਿਕ ਹੈਗਾ ਇਹਦੇ 'ਚ 60 ਲੀਟਰ ਹਾਈਡ੍ਰੋਲਿਕ ਤੇਲ ਪੈਂਦਾ, ਉਹ ਵੀ ਅਲੱਗ ਆ ਟਰੈਕਟਰ ਤੋਂ। ਇਹਦੇ ਵੀ ਅਸੀਂ ਪਿੱਛੇ ਹੁੱਕ ਲਗਾਈ ਹੈ, ਕੋਈ ਟਰਾਲੀ ਵਗੈਰਾ ਪਾਉਣੀ ਹੈ ਇਹਦੇ ਵੀ ਪਿੱਛੇ ਪੈ ਜਾਂਦੀ।